हाँ जी, सत श्री अकाल जी सारयां नूं। मैं हैप्पी स्वागत करदा तुहाडा अज्ज नवीं वीडियो दे विच। अज्ज असीं तुहाडे सामने लैके आए जी तारा सिंह बिलगा TSB वल्लों TSB ट्रेलर आपां रेडी कीते आ जी। ते इहदे विच जिहड़े आपां ट्रिपल जैक दे विच PTO ट्राली रेडी कीती आ जी, फस्ट टाइम होई आ जिहनूं ट्रिपल जैक लगा होया ट्राली नूं, ते PTO वी लगी होई आ। देख सकते हो तुसीं TSB मिलटरी कलर दे विच रेडी होई आ जी। इह ट्रिपल जैक सिस्टम लगा होया इहदे विच, ते PTO भी लगी हुई है नाल। ये अपने TSB रॉयल ब्लू आ गया जी, ये भी PTO लगी हुई है, इहनू भी PTO प्लस ब्रेकिंग सिस्टम भी लगा होया आ। वो अपना आ गया TSV ग्रे कलर है जी, बहुत ही सोहनी लुक दे विच रेडी हुई हैं जी ट्रालियां। देख सकते हो तुसीं TSV वल्लों पहला भी बहुत ही डिफरेंट डिफरेंट मॉडल तुसीं देखे होणगे ट्रालियां दे। जिहड़े ए मॉडल आ ए भी टोटल डिफरेंट मॉडल है जी। जिहड़ियां नॉर्मल ट्रालियां होंदियां वो डबल जैक वालियां होंदियां आ। ये अपनी पहली ट्राली है जी जिहनूं ट्रिपल जैक सिस्टम लगा होया ते नाल प्लस PTO लगी हुई है। मैं तुहानूं दिखाउणा जी सारा कुछ। ये अपनी पहली ट्राली है जी जिहनूं ट्रिपल जैक सिस्टम होया ते नाल प्लस PTO आ ते प्लस ब्रेकां आ। इहनूं ब्रेकिंग सिस्टम भी नाल ही दित्ता गया आ, PTO तां चलो लगी आ ते नाल प्लस ट्रिपल जैक सिस्टम इहदा। इत्थे साइड ते अपने मंजा आ गया जी, जिहड़ा XL आ XL इहदे विच बिल्कुल जिहड़ा आपां न्यू यूज़ कीता लेलैंड गड्डी दा, ते जिहड़े रैम आ रैम भी मिलटरी दे पूरे हैवी रैम यूज़ कीते आ। ये अपने इत्थे जैक पॉइंट आ गया जी, इत्थे जैक चुक लाउण वास्ते जदों ट्राली खुभ जांदी है ਉੱਪਰ ਤਾਂ ਜੇ ਖੁੱਪਣ ਦਾ ਕੰਮ ਹੀ ਨਿਬੜ ਗਿਆ ਸਾਰਾ, ਜਦੋਂ PTO ਨਹੀਂ ਕੱਢ ਦੇਣੀ ਹੈ ਜਦੋਂ ਆਪਣਾ ਟਰਾਲੀ ਖੁੱਪੜੀ ਹੈ। ਅਤੇ ਆਪਣੀ ਰੀਲਾਂ ਵੀ ਇੱਧਰੋਂ ਡਾਲਾ ਟਿਕਾ ਦੇ ਛੋੜੀ, ਜਿਹੜਾ ਡਾਲਾ ਆ ਡਾਲਾ ਵੀ ਇਹਦੇ ਤਿੰਨ ਪਾਸੇ ਖੁੱਲਦਾ ਜੀ, 3 ਸਾਈਡ ਡਾਲਾ ਖੁੱਲਦਾ ਆ, ਸਾਈਡ ਨੂੰ ਵੀ ਉੱਪਰ ਨੂੰ ਵੀ ਅਤੇ ਥੱਲੇ ਨੂੰ ਵੀ। ਅਤੇ ਆਪਣੇ ਆਹ ਜਿਹੜਾ ਮਾਡਲ ਆ ਇਹ ਰੋਇਲ ਬਲੂ ਕਲਰ ਆ ਜੀ, ਇਹ ਵੀ PTO ਦੇ ਵਿੱਚ ਰੈਡੀ ਹੋਇਆ ਆ। ਇਹ ਡਬਲ ਜੈਕ ਸਿਸਟਮ ਦੇ ਵਿੱਚ ਰੈਡੀ ਹੋਇਆ ਆ, ਇਹਦੇ ਵਿੱਚ ਡਬਲ ਜੈਕ ਆ ਪਲੱਸ PTO ਅਤੇ ਪਲੱਸ ਬ੍ਰੇਕਾਂ ਵੀ ਨਾਲ ਦਿੱਤੀਆਂ ਗਈਆਂ। ਆ ਦੇਖੋ ਜਿਹੜਾ ਇਹਦਾ ਗੇਅਰ ਸਿਸਟਮ ਆ ਇਹ ਵੀ ਬਹੁਤ ਸੌਖਾ ਕਰਤਾ। ਇੱਥੇ ਆਪਣੇ ਗੇਅਰ ਪੈ ਗਿਆ ਜੀ, ਠੀਕ ਆ, ਜਦੋਂ ਆਪਾਂ PTO ਵਾਲਾ ਗੇਅਰ ਲਾਉਣਾ ਆ। ਇੱਥੇ ਆਪਣੇ ਨਿਊਟਰਲ ਆ ਗਿਆ, ਇੱਥੇ ਲੌਕ ਹੋ ਜਾਂਦਾ ਆ ਆਪਾਂ ਜਿਹੜਾ ਮਤਲਬ ਲੌਕ ਸਿਸਟਮ ਦਿੱਤਾ ਗਿਆ ਆ ਕਿ ਗੇਅਰ ਆਪਣੇ ਆਪ ਨਾ ਪੈ ਜਾਵੇ ਜਾਂ ਆਪਣੇ ਆਪ ਨਾ ਨਿਕਲ ਜਾਵੇ, ਇੱਥੇ ਲੌਕ ਹੋ ਜਾਂਦਾ ਜੀ ਨਿਊਟਰਲ 'ਤੇ, ਇੱਥੇ ਗੇਅਰ ਪੈ ਜਾਂਦਾ ਆ ਜਦੋਂ ਟਰਾਲੀ ਖੁੱਭ ਜਾਂਦੀ ਆ ਆਪਣੀ। 3-4 ਟਰੈਕਟਰ ਪਾਉਣੇ ਪੈਂਦੇ ਆ ਇਹਦੇ ਨਾਲ, ਇਕੱਲਾ ਟਿਕਟਰੀ ਟਰਾਲੀ ਆਸਾਨੀ ਨਾਲ ਖਿੱਚ ਕੇ ਲੈ ਜੂਗਾ। ਚਲੋ PTO ਤਾਂ ਪਹਿਲਾਂ ਵੀ ਬਥੇਰੀਆਂ ਟਰਾਲੀ ਲੱਗੀਆਂ ਹੋਈਆਂ, ਪਰ ਜਿਹੜੀ ਅਸੀਂ PTO ਲਾਈ ਹੋਈ ਆ ਅਸੀਂ ਆਪਣੀ ਤਕਨੀਕ ਦੇ ਨਾਲ ਲਾਈ ਆ, ਮਤਲਬ ਵੱਖਰੇ ਤਰੀਕੇ ਨਾਲ ਲਾਈ ਆ। ਅਤੇ ਜਿਹੜਾ ਗੇਅਰ ਦਾ ਸਿਸਟਮ ਆ ਅਸੀਂ ਉਹ ਵੀ ਬਹੁਤ ਸੌਖਾ ਕਰਤਾ ਆ। ਅਤੇ ਜਿਹੜੀ ਆਹ ਟਰਾਲੀ ਦੇ ਵਿੱਚ ਲੱਗੇ ਹੋਏ ਆ ਟ੍ਰਿਪਲ ਜੈਕ ਵਾਲੀ ਪਹਿਲੀ ਟਰਾਲੀ ਆ ਇਹ, ਪਹਿਲਾਂ ਜਿਹੜੇ ਟ੍ਰਿਪਲ ਜੈਕ ਸਿਸਟਮ ਆ ਉਹ ਪਹਿਲਾਂ ਕਿਸੇ ਟਰਾਲੀ ਦੇ ਵਿੱਚ ਨਹੀਂ ਲੱਗੇ ਹੋਏ, ਉਹ ਪਹਿਲਾਂ ਸਭ ਤੋਂ ਪਹਿਲਾਂ ਇਸ ਟਰਾਲੀ ਦੇ ਵਿੱਚ ਹੀ ਲੱਗਾ ਹੈ ਟ੍ਰਿਪਲ ਜੈਕ ਸਿਸਟਮ। ਇਹ ਆਪਣੇ ਆ ਗਿਆ ਜੀ ਰੋਇਲ ਬਲੂ ਕਲਰ ਆ ਗਿਆ, ਇਹਦਾ ਡਾਲਾ ਵੀ ਤਿੰਨ ਪਾਸੇ ਖੁੱਲਦਾ ਹੈ ਜੀ। ਪ੍ਰੋਪਰ ਜਿਹੜਾ ਬੈੱਡ ਵਾ, ਬੈੱਡ ਵੀ ਇਹਦਾ ਪਲਾਜ਼ਮਾ ਕਟਿੰਗ ਦੇ ਵਿੱਚ ਆ, ਸਾਰੇ ਪਾਈਪ ਆ ਜਿਹੜੇ ਉਹ ਰਵਿੰਦਰਾ ਕੰਪਨੀ ਦੇ ਲੱਗੇ ਹੋਏ ਆ, ਅਤੇ ਜਾਲੀ ਜਿਹੜੀ ਉਹ ਵੀ ਪ੍ਰੋਪਰ ਫਿਟਿੰਗ ਦੇ ਵਿੱਚ ਲੱਗੀ ਹੋਈ ਹੈ। ਜਿਹੜਾ XL ਆ XL ਇਹਦੇ ਵਿੱਚ GNA ਦਾ ਲੱਗਾ ਆ, XL 'ਤੇ ਵੀ ਕੈਮਰਾ ਮਾਰ ਦਿਓ। ਜਿਹੜਾ XL ਆ ਇਹ ਵੀ GNA ਦਾ ਲੱਗਾ ਹੋਇਆ, ਇਹਦੇ ਵਿੱਚ GNA ਦੇ XL ਆ, ਸਾਰਾ ਪ੍ਰੋਪਰ ਸਰਵਿਸ ਕਰਕੇ ਫਿਟਿੰਗ ਕਰਕੇ ਆਪਾਂ ਮਤਲਬ ਦੁਬਾਰਾ ਫਿੱਟ ਕੀਤਾ ਹੋਇਆ XL, ਪਲੱਸ ਬ੍ਰੇਕਾਂ ਵੀ ਲੱਗੀਆਂ ਹੋਈਆਂ ਨਾਲ ਹੀ, ਇਹਦੇ ਬ੍ਰੇਕਿੰਗ ਸਿਸਟਮ ਹੋ ਗਿਆ, ਡਬਲ ਜੈਕ ਸਿਸਟਮ ਇਹਦੇ ਵਿੱਚ ਦਿੱਤਾ ਗਿਆ, ਪਲੱਸ PTO। ਅਤੇ ਜਿਹੜੀ ਉਹ ਆਪਣੀ ਟਰਾਲੀ ਆ ਜਿਹੜੀ 21 ਫੁੱਟ ਦੇ ਵਿੱਚ ਬਣੀ ਹੋਈ ਆ, ਉਹਦੇ ਨਾਲ ਆਪਣਾ ਟ੍ਰਿਪਲ ਜੈਕ ਸਿਸਟਮ ਦਿੱਤਾ ਗਿਆ, PTO ਪਲੱਸ ਬ੍ਰੇਕਾਂ, ਅਤੇ ਹੋਰ ਵੀ ਬਹੁਤ ਕੁਝ ਲੱਗਾ ਹੋਇਆ, ਜਿਹੜੀਆਂ ਲੋੜ ਵਾਲੀਆਂ ਚੀਜ਼ਾਂ ਉਹ ਸਾਰੀਆਂ ਦਿੱਤੀਆਂ ਗਈਆਂ। ਹਾਂਜੀ ਦੋਸਤੋ, ਤੁਹਾਨੂੰ ਕਿੱਦਾਂ ਦੇ ਲੱਗੇ ਮਾਡਲ ਸਾਨੂੰ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਇਹ ਮਾਡਲ ਵਧੀਆ ਲੱਗੇ। ਅਤੇ ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ।
एक बार तुहानू फिर दोबारा मैं दिखा दिंदा आ, ये अपने हो गया जी 21 फुट साइज है जी, इहदा ट्राली दा फ्रंट तो लुक चेक करो तुसी, बहुत ही सोहनी लुक दे विच रेडी हुई है जी। ये सारे ही ट्रेलर बहुत ही न्यू लुक दे विच रेडी हुए हैं, बहुत ही सोहना कलर होया सारे ट्रेलरां नूं। TSV PTO ट्राली, PTO दा जिहड़ा काम आ सी बहुत ही आसान करता है किसान वीरां लई, क्योंकि जिहड़ा गेयर आ गेयर भी असीं सारा प्रोपर आप तैयार करके लाउने आ, ते जिहड़ी गेयर दी अपनी वारंटी आ 2 साल दी गेयर दी वारंटी आ जी, कोई भी प्रॉब्लम पैंदी आ तां मतलब आपां पूरे बैठे हाँ जी बेफिक्र होके। तुसीं जिते आपां नूं 4-5 ट्रैक्टर पाउणे पैंदे सीगे उत्थे कल्ला ही ट्रैक्टर अपना ट्राली कढ के लै आऊगा, इदां दा सिस्टम आपां करता आ। आ कलर चैक करो तुसीं, कलर भी बहुत ही प्यारा आया जी ट्राली दा, ते जिहड़ी उपर आपां जाली लगी हुंदी आ उपर आपां चादर लाती आ जी, आ जिहड़ी लगी हुई है चादर लगी हुई आ, पाइप तुसीं देख सकदे आ रविंद्रा दे पाइप लगे हुए आ जी सारे ISI। कल्ली कल्ली चीज़ सारी कस्टमाइज़ करके आपां लाई हुई है जी, इहनूं कोई भी चीज़ इदां नहीं कि किसे विच कमी रही होगी, सारा कुछ प्रॉपर आपां कीता होया जी। जिहड़ी मेन खासियत है इहदी ट्रिपल जैक सिस्टम दी है जी, ये ट्राली मतलब पहली ट्राली है जी जिहनूं ट्रिपल जैक सिस्टम लगा होया आ ते प्लस PTO लगी हुई है। ये तुसीं पूरे इंडिया की पहली ट्राली ला लो जिहनूं PTO प्लस ब्रेकां ते प्लस ट्रिपल जैक सिस्टम लगा होया। ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਜੇ ਤੁਹਾਨੂੰ ਇਹ ਮਾਡਲ ਵਧੀਆ ਲੱਗਿਆ। ਆਹ ਟਰਾਲੀ ਹੈ ਜੀ ਟ੍ਰਿਪਲ ਜੈਕ ਸਿਸਟਮ ਹੋ ਗਿਆ ਪਲੱਸ ਬ੍ਰੇਕਾਂ ਹੋ ਗਈਆਂ ਅਤੇ ਪਲੱਸ PTO ਹੋ ਗਿਆ ਜੀ, ਹਾਲੇ ਤੱਕ ਕਿਸੇ ਵੀ ਟਰਾਲੀ ਨੂੰ ਨਹੀਂ ਲੱਗਿਆ ਹੋਇਆ ਇਹ ਸਿਸਟਮ ਜਿਹੜਾ ਇਹਦੇ ਵਿੱਚ ਦਿੱਤਾ ਆ ਸੀ। TSV ਵੱਲੋਂ ਸਭ ਤੋਂ ਪਹਿਲਾਂ ਲੈ ਕੇ ਆਏ ਹਾਂ ਆਪਾਂ, ਲਿਫਟੋਮੈਟਿਕ ਜੈਕ ਦਿੱਤਾ ਗਿਆ ਆ ਆਪਣਾ ਜਦੋਂ ਟਰੈਕਟਰ ਦੀ ਲਿਫਟ ਨਹੀਂ ਕੰਮ ਕਰਦੀ ਉਹਦੇ ਵਾਸਤੇ, ਅਤੇ ਥੱਲੇ ਦੇ ਡਬਲ ਜੈਕ ਸਿਸਟਮ ਦਿੱਤਾ ਗਿਆ ਆ, 40-40 ਟਨ ਦੇ ਜੈਕ ਦਿੱਤੇ ਗਏ ਆ ਥੱਲੇ, ਕਿਉਂਕਿ ਜਿਹੜੀ ਟਰਾਲੀ ਆ ਉਹਦਾ ਬੈੱਡ ਵੀ ਕਾਫੀ ਉੱਚਾ ਆ ਅਤੇ ਬੈੱਡ ਦੇ ਉੱਪਰ ਵੀ ਚਾਦਰ ਲੱਗੀ ਹੋਈ ਆ, ਚਾਹੇ ਸਾਰੀ ਰੇਤੇ ਦੀ ਭਰ ਦਿਓ ਤਾਂ ਵੀ ਜਿਹੜੇ ਜੈਕ ਆਪਣੇ ਆਸਾਨੀ ਦੇ ਨਾਲ ਚੱਕੂਗੇ ਟਰਾਲੀ ਨੂੰ। ਅੱਜ ਦੀ ਵੀਡੀਓ ਥੋੜ੍ਹੀ ਲੰਬੀ ਜ਼ਰੂਰ ਹੋ ਗਈ ਹੈ, ਪਰ ਕਿਸਾਨ ਵੀਰੋ ਜੇ ਤੁਹਾਨੂੰ ਵਧੀਆ ਲੱਗੇ ਟਰਾਲੀਆਂ ਦੇ ਇਹ ਮਾਡਲ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ, ਕਿਉਂਕਿ ਬਹੁਤ ਮਿਹਨਤ ਆਉਂਦੀ ਆ ਜੀ ਨਵੀਆਂ ਨਵੀਆਂ ਚੀਜ਼ਾਂ ਤੁਹਾਡੇ ਲਈ ਸਾਹਮਣੇ ਲੈ ਕੇ ਆਉਣ ਲਈ ਅਤੇ ਟਰਾਲੀ ਬਣਾਉਣ ਲਈ। ਤੁਸੀਂ ਸਾਨੂੰ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੁਹਾਨੂੰ ਇਹ ਮਾਡਲ ਕਿੱਦਾਂ ਦੇ ਲੱਗੇ ਟਰਾਲੀਆਂ ਦੇ। ਜੇ ਤੁਸੀਂ ਸਾਡਾ ਚੈਨਲ ਹਾਲੇ ਤਾਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਰਾ ਸਿੰਘ ਬਿਲਗਾ TSV, ਕਿਉਂਕਿ ਸਾਡੇ ਚੈਨਲ 'ਤੇ ਤੁਹਾਨੂੰ ਇੱਦੀ ਟਰਾਲੀਆਂ ਦੇ ਨਵੇਂ ਨਵੇਂ ਮਾਡਲ ਅਤੇ ਟਰਾਲੀਆਂ ਬਾਰੇ ਅਪਡੇਟ ਇੱਦੀ ਮਿਲਦੀ ਰਹੂਗੀ ਜੀ। ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ ਤਾਰਾ ਸਿੰਘ ਬਿਲਗਾ TSV ਯੂਟਿਊਬ ਚੈਨਲ 'ਤੇ। ਆਹ ਕਲਰ ਵੀ ਬਹੁਤ ਪਿਆਰਾ ਹੈ ਜੀ TSV ਗ੍ਰੇ, ਤਾਰਾ ਸਿੰਘ ਬਿਲਗਾ TSV ਇੰਟਰਨੈਸ਼ਨਲ। ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ, ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਨੂੰ ਜੇ ਵਧੀਆ ਲੱਗੇ, ਜੇ ਤੁਹਾਨੂੰ ਇਹ ਕੰਮ ਦੇ ਲੱਗੇ ਅਤੇ ਵਧੀਆ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ। ਥੈਂਕ ਯੂ ਜੀ ਸਾਰਿਆਂ ਦਾ।